ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ ਕਿਵੇਂ ਦੋ ਨੌਜਵਾਨ ਸ਼ਰਾਬ ਦੇ ਨਸ਼ੇ ਦੇ ਵਿੱਚ ਰੌਲਾ ਪਾਈ ਜਾ ਰਹੇ ਨੇ। ਦੇਖ ਹੀ ਸਕਦੇ ਹੋ ਕਿਹੜੀਆਂ ਕਿਹੜੀਆਂ ਹਰਕਤਾਂ ਕਰ ਰਹੇ ਨੇ। ਇੱਕ ਦੁਕਾਨਦਾਰ ਨੇ ਆ ਕੇ ਆਪਣੀ ਦੁਕਾਨ 'ਚੋਂ ਨਿਕਲ ਕੇ ਬਸ ਇਹੀ ਕਿਹਾ ਕਿ ਸ਼ਾਂਤ ਹੋ ਜਾਓ, ਰੌਲਾ ਨਾ ਪਾਓ। ਤਾਂ ਦੇਖੋ ਇਹਨਾਂ ਨੇ ਕਿਵੇਂ ਉਸ ਨੂੰ ਗਲੇ ਤੋਂ ਫੜ ਕੇ ਪਹਿਲਾਂ ਬਾਹਰ ਕੱਢਿਆ, ਫਿਰ ਝੁੰਡ ਬਣਾ ਕੇ ਉਸਦੀ ਕੁੱਟਮਾਰ ਕਰਨ ਲੱਗ ਪਏ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਗਾ ਦੇ ਬਹੁਨਾ ਚੌਕ ਦੀਆਂ, ਜਿੱਥੇ ਦੁਕਾਨ ਦੇ ਵਿੱਚੋਂ ਬਾਹਰ ਕੱਢ ਕੇ ਇੱਕ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ ਹੈ। ਆਪਣਾ ਬਚਾਅ ਕਰਦੇ ਹੋਏ ਦੁਕਾਨਦਾਰ ਦੇ ਵੱਲੋਂ ਵੀ ਹੱਥ ਪੈਰ ਚਲਾਏ ਗਏ, ਜਿਸ ਦੇ ਵਿੱਚ ਦੂਜੀ ਧਿਰ ਦਾ ਵੀ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ। ਗੱਲ ਕੁਝ ਨਹੀਂ ਵੀਰੇ, ਮੇਰੇ ਕੋਲ ਕਲੈਕਸ਼ਨ ਹੁੰਦੀ ਹੈ ਦੁਕਾਨ ਦੀ, ਸਾਰਾ ਹਿਸਾਬ ਕਿਤਾਬ ਮੇਰੇ ਹੱਥ 'ਚ ਹੁੰਦਾ ਵਾ, ਦੁਕਾਨ ਦਾ ਫਾਈਨਾਂਸ ਦਾ, ਕੰਪਨੀ ਦਾ। ਅਤੇ ਉਹ ਮੁੰਡੇ ਗਾਲਾਂ ਕੱਢਦੇ ਸੀਗੇ ਦਫ਼ਤਰ ਦੇ ਬਾਹਰ ਦੇ ਮੂਹਰੇ ਬੈਠੇ ਕਰਕੇ, ਉਹਨਾਂ ਨੂੰ ਮੈਂ ਕਿਹਾ ਯਾਰ ਗਾਲਾਂ ਨਾ ਕੱਢੋ ਤੁਸੀਂ ਆਸੇ ਪਾਸੇ, ਉਹਨਾਂ ਨਸ਼ਾ ਨੁਸ਼ਾ ਕੀਤਾ ਸੀਗਾ ਜ਼ਿਆਦਾ। ਅਤੇ ਉਹ ਮੈਨੂੰ ਬੋਲਣ ਲੱਗ ਗਏ, ਗਾਲਾਂ ਕੱਢਣ ਲੱਗ ਗਏ। ਮੈਂ ਕਿਹਾ ਯਾਰ ਮੈਂ ਤੁਹਾਨੂੰ ਕੀ ਐਡੀ ਗਲਤ ਗੱਲ ਕਹੀ ਨਹੀਂ ਜਿਹੜੀ ਤੁਸੀਂ ਮੈਨੂੰ ਗਾਲਾਂ ਕੱਢਣ ਲੱਗ ਗਏ। ਅਤੇ ਮੈਨੂੰ ਆ ਕੇ ਉਹਨੇ ਮੇਰੇ ਗਲ ਮੈਂ ਤੋਂ ਫੜ ਕੇ ਬਾਹਰ ਖਿੱਚ ਲਿਆ। ਅਤੇ ਉਹਦੇ ਦੋ ਤਿੰਨ ਨਿਆਣੇ ਹੋਰ ਸੀਗੇ ਨਾਲ, ਉਹ ਮੇਰੇ ਮਾਰਨ ਲੱਗ ਗਏ। ਉਦੋਂ ਬਾਅਦ ਪਤਾ ਨਹੀਂ ਕਿੱਥੋਂ ਹੋਰ ਨਾਲ ਸਲੂਨ ਆ ਦੋ, ਉਹਨਾਂ 'ਚੋਂ ਨਿਕਲ ਕੇ ਆਏ ਮੁੰਡੇ, ਉਹ ਸਾਰੇ ਮਾਰਨ ਲੱਗ ਗਏ। ਮੈਨੂੰ ਪਰਲੇ ਪਾਸੇ ਪਲਾਟ 'ਤੇ ਲਿਆ ਕੇ ਸੈੱਟ ਰਿਹਾ, ਸੈੱਟ ਮਾਰੀ ਮੇਰੇ ਸਿਰ 'ਚ। ਉਦੋਂ ਬਾਅਦ ਮੈਨੂੰ ਸਵੱਖ ਭੁੱਲ ਗਈ, ਮੈਨੂੰ ਤਾਂ ਆਪ ਨੂੰ ਪਤਾ ਨਹੀਂ ਪਾ ਜਾਵੇ ਕੀ ਕਹਾਂ। ਇਹੀ ਗੱਲ ਤੋਂ ਲੜਾਈ ਹੋਈ ਸਿਰਫ, ਬਸ ਆਹੀ ਗੱਲ ਸੀ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਫਾਈਨੈਂਸ 'ਤੇ ਆਇਆ ਜੀ, ਫੀਲਡ ਆ ਸਰ ਉਹਨਾਂ ਦਾ। ਇਹ ਬਾਹਰ ਖੜ੍ਹੇ ਸੀਗੇ ਦੁਕਾਨ ਦੇ? ਹਾਂਜੀ ਬਾਹਰ। ਇਹਨਾਂ ਨੂੰ ਬਹੁਤ ਵਾਰੀ ਪਹਿਲਾਂ ਵੀ ਕਿਹਾ ਹੋਈ ਤੁਸੀਂ ਇੱਥੇ ਨਾ ਖੜ੍ਹਾ ਕਰੋ, ਨਸ਼ਾ ਪੱਤਾ ਕਰਦਾ ਜੀ, ਉੱਥੇ ਬਹਿ ਕੇ ਹੀ ਕਹਿ ਦਿੰਦੇ ਹੁੰਦੇ ਤੁਸੀਂ ਆਸੇ ਪਾਸੇ ਹੋ ਜਾਓ। ਥਾਣੇ ਵੀ ਇੱਕ ਵਾਰੀ ਬਾਈ ਨੇ ਲਿਖਾਇਆ ਸੀਗਾ ਵੀ ਭਾਈ ਇਹਨਾਂ ਨੂੰ ਹਟਾਓ ਇੱਥੋਂ, ਕਿਉਂਕਿ ਉੱਥੇ ਬੁੜੀਆਂ ਦਾ ਕੰਮ ਆ, ਬੁੜੀਆਂ ਆਉਂਦੀਆਂ ਜਾਂਦੀਆਂ, ਲੋਨ ਲੈਣ ਵੀ ਆਉਂਦੀਆਂ, ਕੈਸ਼ਤਾਂ ਭਰਨ ਵੀ ਆਉਂਦੀਆਂ ਬੁੜੀਆਂ। ਇਹ ਸੁਣਦੇ ਨਹੀਂ ਗੱਲ, ਉਲਟਾ ਧਮਕਿਆਂ ਦਿੰਦੇ ਜੀ, ਐਂ ਕਰ ਦਾਂਗੇ, ਜਿਉਂ ਕਰ ਦਾਂਗੇ। ਪਹਿਲਾਂ ਵੀ ਦਫ਼ਤਰ ਬੰਦ ਕਰਾਇਆ ਸੀ, ਹੁਣ ਦੁਬਾਰਾ ਕਰਾ ਦਾਂਗੇ, ਬਹੁਤ ਗੱਲਾਂ ਕਰਦੇ ਜੀ। ਕਿੰਨੇ ਜਾਣੇ ਸੀਗੇ, ਕਦੇ ਨਾ ਮਾਰਿਆ? ਇੱਟਾਂ ਮਾਰੀਆਂ ਇਹਨਾਂ ਨੇ, ਉੱਥੇ ਇੱਟਾਂ ਨਾਲ ਕੰਧ ਉੱਥੇ ਦਫ਼ਤਰ ਦੇ ਸਾਹਮਣੇ, ਅਤੇ ਇਹਦੇ ਘਰ ਦੀ ਟੁੱਟੀ ਜੀ, ਉਹਦੇ ਉੱਪਰ ਇੱਟਾਂ ਹੁੰਦੀ, ਵੈਸੇ ਚਿਣੇ ਹੁੰਦੇ ਆ, ਉਹ ਇੱਟਾਂ ਚੱਕ ਕੇ ਮਾਰਨ ਲੱਗ ਗਏ। ਕਿੱਥੇ ਕਿੱਥੇ ਵੱਜੀ ਤੁਹਾਡੇ? ਮੇਰੇ ਸਿਰ 'ਤੇ ਜੀ, ਧੌਣ 'ਤੇ ਸੀ, ਰੁਪੜਪੜੀ 'ਤੇ ਜੀ, ਕੰਨ ਦੇ ਥੱਲੇ ਵਾਲੀ ਸਾਈਡ ਵੀ। ਅਤੇ ਪੁਲਿਸ ਵੱਲੋਂ ਬਿਆਨ ਨੋਟ ਕੀਤੇ ਗਏ ਤੁਹਾਡੇ? ਹਾਂਜੀ ਹੋ ਗਏ ਸੀ। ਇਹ ਦੋ ਪਾਰਟੀਆਂ ਸੀ, ਮੁੰਡੇ ਸੀਗੇ, ਇੱਕ ਰਾਹੁਲ ਪੱਟੀ ਸੀ, ਇਹਨਾਂ ਨਾਲ ਤਿੰਨ ਚਾਰ ਮੁੰਡੇ ਸੀ, ਅਤੇ ਇੱਕ ਜਿਹੜਾ ਜਸਵਿੰਦਰ ਸਿੰਘ ਸੀ, ਇਹ ਗਗਨਦੀਪ ਦੀ ਦੁਕਾਨ 'ਤੇ ਲੱਗਿਆ ਹੋਇਆ ਸੀਗਾ। ਅਤੇ ਕੱਲ੍ਹ ਸ਼ਾਮ 4:30 ਦੇ ਕਰੀਬ ਇਹਨਾਂ ਦੀ ਆਪਸ 'ਚ ਲੜਾਈ ਹੋਈ, ਅਤੇ ਦੋਨਾਂ ਧਿਰਾਂ ਦੀ ਸੱਟਾਂ ਨੇ। ਅਤੇ ਉੱਧਰੋਂ ਰਾਹੁਲ ਪੱਟੀ ਜਿਹੜਾ ਦਾਖਲਾ, ਅਤੇ ਉਸ ਦੂਜੇ ਪਾਸੇ ਉਹ ਜਸਵਿੰਦਰ ਸਿੰਘ ਦਾਖਲਾ, ਦੋਨਾਂ ਦੇ ਬਿਆਨ ਜਿਹੜੇ ਹਾਸਲ ਕਰਕੇ ਅਤੇ ਅਗਲੀ ਕਾਰਵਾਈ ਵਿੱਚ ਜਾਂਦੀ ਜਾਊਗੀ। ਕੀ ਕਾਰਨ ਕੀ ਰਿਹਾ ਜੀ ਲੜਾਈ ਝਗੜੇ ਦਾ? ਇਹਨਾਂ ਦੀ ਆਪਸ 'ਚ ਕੋਈ ਗਲੀ ਦੇ ਵਿੱਚ ਜਾਂਦੇ ਆ, ਆਪਸ 'ਚ ਤੂੰ ਮੈਂ ਹੋਈ ਸੀਗੀ, ਜਿਸ ਤੋਂ ਇਹ ਦੋਨੇ ਲੜ ਪਏ ਆ ਆਪਸ 'ਚ। ਕੋਈ CCTV ਵੀ ਹੈ ਜੀ? CCTV 'ਤੇ ਫੋਟੋ ਤਾਂ ਹੈਗੇ ਆ, ਆਪਸ 'ਚ ਲੜੀ ਜਾਂਦੇ ਆ ਦੋਨੇ ਧਿਰੇ। ਤੁਹਾਡੇ ਵੱਲੋਂ ਕੀ ਕਾਰਵਾਈ ਹੋਈ ਹੁਣ? ਸਾਡੇ ਵੱਲੋਂ ਅਸੀਂ ਰਾਤ ਇਹਨਾਂ ਨੇ ਬਿਆਨ ਅਜੇ ਇਸ ਲਿਖੇ, ਹੁਣ ਅੱਜ ਬਿਆਨ ਗਏ ਸੀਗੇ, ਅਤੇ ਇਹਨਾਂ ਦਾ ਜਿਹੜਾ ਅੱਜ ਬਿਆਨ ਲਿਖ ਕੇ ਅਤੇ ਅਗਲੀ ਕਾਰਵਾਈ ਅਮਲ 'ਚ ਜਾਂਦੀ ਜਾਊਗੀ।